ਪੁਲਿਸ ਨੇ ਜਿਸਮ ਫਰੋਸ਼ੀ ਦੇ ਧੰਦੇ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਚੁੰਗਲ ਵਿੱਚ ਫਸਾ ਕੇ ਬਲੈਕਮੇਲ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਪੁਲਿਸ ਨੇ ਦੋ ਔਰਤਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਾਤੜਾ ਰਣਵੀਰ ਸਿੰਘ ਨੇ ਦੱਸਿਆ ਕਿ ਦਿੜਬਾ ਇਲਾਕੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ ਬੀਤੇ ਦਿਨੀ ਉਹ ਪਾਤੜਾ ਕਿਸੇ ਕੰਮ ਆਇਆ ਸੀ ਅਤੇ ਪਾਤੜਾ ਦੇ ਪੁਰਾਣੇ ਬੱਸ ਅੱਡੇ ਤੇ ਉਸਨੂੰ ਇੱਕ ਔਰਤ ਮਿਲੀ ਜੋ ਉਸ ਨਾਲ ਹੱਸ ਹੱਸ ਕੇ ਗੱਲਾਂ ਕਰਨ ਲੱਗੀ, ਜਿਸ ਮਗਰੋਂ ਉਹ ਔਰਤ ਦੇ ਝਾਂਸੇ ਵਿੱਚ ਆ ਕੇ ਉਸਦੇ ਘਰ ਚਲਾ ਗਿਆ, ਜਿਸ ਦੌਰਾਨ ਉਕਤ ਔਰਤ ਨੇ ਉਸਨੂੰ ਆਪਣੇ ਘਰ ਦੇ ਕਮਰੇ ਵਿੱਚ ਬਿਠਾ ਕੇ ਦਰਵਾਜ਼ਾ ਬੰਦ ਕਰ ਲਿਆ। ਇਸੇ ਦੌਰਾਨ ਗਿਣੀ ਮਿੱਥੀ ਸਾਜ਼ਿਸ਼ ਤਹਿਤ ਇੱਕ ਹੋਰ ਔਰਤ 3 ਵਿਅਕਤੀਆਂ ਨੂੰ ਨਾਲ ਲੈ ਕੇ ਕਮਰੇ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਦਰਵਾਜ਼ਾ ਖੋਲ੍ਹਣ ਤੇ ਉਕਤਾਏ ਵਿਅਕਤੀਆਂ ਸਮੇਤ ਔਰਤ ਨੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੀ ਜੇਬ ਵਿਚਲੇ 5,000 ਰੁਪਏ ਕੱਢ ਲਏ, ਜਿਸ ਮਗਰੋਂ ਉਹਨਾਂ ਨੇ ਉਸਦੀ ਬਣਾਈ ਹੋਈ ਵੀਡੀਓ ਨੂੰ ਇੰਟਰਨੈਟ ਤੇ ਪਾਉਣ ਦਾ ਡਰਾਵਾ ਦੇ ਕੇ ਉਸ ਤੋਂ 2,00,000 ਰੁਪਏ ਦੀ ਮੰਗ ਕੀਤੀ। ਆਪਣੀ ਬੇਇੱਜ਼ਤੀ ਦੇ ਡਰੋਂ ਉਸਨੇ ਉਹਨਾਂ ਦੀ ਗੱਲ ਮੰਨ ਲਈ ਅਤੇ 2,00,000 ਰੁਪਏ ਦੇਣ ਦਾ ਵਾਅਦਾ ਕਰ ਲਿਆ। ਇਸ ਸੰਬੰਧੀ ਅੱਜ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੇ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਉਕਤ ਗਰੋਹ ਦੇ ਟਿਕਾਣਿਆਂ ਤੇ ਛਾਪੇਮਾਰੀ ਕਰਕੇ 2 ਔਰਤਾਂ ਅਤੇ 3 ਵਿਅਕਤੀਆਂ ਨੂੰ ਮੌਕੇ ਤੇ ਕਾਬੂ ਕਰ ਲਿਆ। ਸਾਡੇ ਕੋਲ ਅੱਜ ਇੱਕ ਦਰਵਾਜ਼ੇ ਇਲਾਕੇ ਦਾ ਵਿਅਕਤੀ ਆਇਆ, ਜਿਹਨੇ ਅੱਗੇ ਦੱਸਿਆ ਕਿ ਕੱਲ ਸ਼ਾਮ ਨੂੰ ਉਹ ਪਾਤੜਾ ਆਇਆ ਆਪਣੇ ਮੋਟਰਸਾਈਕਲ ਦੇ ਉੱਤੇ ਤੇ ਉੱਥੇ ਉਹਨੂੰ ਇੱਕ ਲੇਡੀ ਮਿਲ ਗਈ, ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਈ ਤੇ ਉਸ ਤੋਂ ਬਾਅਦ ਚਲੋ ਹੱਸ ਕਰ ਕੇ ਗੱਲਾਂ ਕਰਨ ਲੱਗ ਗਈ, ਚਾਹ ਪੀਣ ਲੱਗ ਗਏ, ਉਸ ਤੋਂ ਬਾਅਦ ਘਰ ਲੈ ਗਈ ਗੱਲਾਂ ਬਾਤਾਂ ਲੈ ਗਈ। ਘਰ ਜਾ ਕੇ ਉਹਨੂੰ ਅੰਦਰ ਕੁੰਡੀ ਬੰਦਲਾ ਕਰਕੇ ਕਮਰੇ ਵਿੱਚ ਉਹਦੇ ਕੱਪੜੇ ਲਹਾ ਲਏ ਤੇ ਘਰ ਚ ਇੱਕ ਲੇਡੀ ਸੀ ਨਾਲ, 3 ਬੰਦੇ ਹੋਰ ਦੂਜੇ ਉਹਨਾਂ ਨੇ ਉਹਦੀ ਕੁੱਟਮਾਰ ਕੀਤੀ ਵਿਅਕਤੀ ਦੀ, ਉਹਦਾ 5,000 ਰੁਪਇਆ ਖੋਲਿਆ, ਬੈਂਕ ਖੋਲਿਆ ਤੇ ਇੱਕ ਮੋਟਰਸਾਈਕਲ ਖੋਲਿਆ। ਉਸ ਤੋਂ ਬਾਅਦ ਕਿਹਾ ਕਿ 2,00,000 ਰੁਪਇਆ ਦੇ, ਨਹੀਂ ਤੈਨੂੰ ਅਸੀਂ ਬਦਨਾਮ ਕਰਾਂਗੇ, ਤੇਰੀ ਮੀਡੀਆ ਦੀ ਖਬਰ ਲਵਾਵਾਂਗੇ। ਜਾਣੀ ਜਿਸਮ ਫਰੋਸ਼ ਦੇ ਨਾਂ 'ਤੇ ਬਲੈਕਮੇਲ ਕਰ ਰਹੇ ਸੀ, ਇਹ ਤੇਰੀ ਬਦਨਾਮੀ ਕਰਾਵਾਂਗੇ ਸਾਰੇ ਇਲਾਕੇ 'ਚ। ਅਤੇ ਉਹ ਤਾਂ ਸਰ ਇਹ 3 ਚੀਜ਼ਾਂ ਖੋ ਕੇ ਧਮਕੀ ਦਿੱਤੀ, ਕੱਲ੍ਹ ਤੱਕ ਤੁਹਾਨੂੰ 2,00,000 ਰੁਪਇਆ ਦੇ, ਤਾਂ ਇਹ ਚੱਲ 8 ਮਿੰਟ ਤਰਲਾ ਕਰਕੇ ਛੁੱਟ ਕੇ ਆ ਗਿਆ ਵੀ ਮੈਂ ਚੱਲ ਕੱਲ੍ਹ ਨੂੰ 2,00,000 ਰੁਪਇਆ ਦੇਣਾ, ਅਤੇ ਉਹ ਫਿਰ ਅੱਜ ਸਾਡੇ ਕੋਲ ਆ ਗਿਆ। ਕਿਹੜੇ ਬੰਦੇ ਇਨਵੋਲਵ ਸੀ ਇਹਦੇ ਵਿੱਚ, ਕਿੰਨੇ ਬੰਦੇ? 2 ਲੇਡੀਜ਼ ਅਤੇ 3 ਜੈਂਟਸ। ਕਿੱਥੋਂ ਦੇ ਰਹਿਣ ਵਾਲੇ ਜੀ ਇਹ? ਇਹ ਲੇਡੀਜ਼ ਇੱਕ ਸ਼ਤਰਾਣੇ ਦੀ, ਇੱਕ ਅੱਗੇ ਦੀ ਹੈ, ਅਤੇ ਪਰ ਇੱਥੇ ਚਨਾਗਰਾ ਰੋਡ 'ਤੇ ਕਿਰਾਏ 'ਤੇ ਰਹਿ ਰਹੀਆਂ ਨੇ। ਅਤੇ 3 ਲੜਕੇ ਨੇ, ਉਹਨਾਂ 'ਚੋਂ ਇੱਕ ਅੱਗੇ ਦਾ, ਇੱਕ ਦੁਤਾਲ ਦਾ ਅਤੇ ਇੱਕ ਬਾਕਰ ਦਾ। ਇਹਨਾਂ ਨੇ ਇੱਕ ਗੈਂਗ ਬਣਾਇਆ ਹੈ, ਇਹ ਲੋਕਾਂ ਨੂੰ ਆਪਣੇ ਝਾਂਸੇ 'ਚ ਲੈ ਕੇ ਉਹ ਤੋਂ ਬਾਅਦ ਵੀਡੀਓ ਬਣਾ ਕੇ ਅੱਗੇ ਕਰਕੇ ਰਮਨਦੀਪ ਕੌਰ ਪ੍ਰੀਤੀ, ਇਹ ਸ਼ੁਕਰਾਣੇ ਦੀ ਰਹਿਣ ਵਾਲੀ ਹੈ, ਇੱਕ ਨਵਦੀਪ ਕੌਰ, ਇੱਕ ਅੱਗੇ ਰਹਿਣ ਵਾਲੀ ਹੈ, ਇੱਕ ਬਿੱਟੂ ਸਿੰਘ, ਇੱਕ ਅੱਗੇ ਰਹਿਣ ਵਾਲਾ ਸੁਰੇਸ਼ ਕੁਮਾਰ ਤੇ ਸੁਰਜੀਤ ਕੁਮਾਰ, ਇਹ ਦੁਤਾਲ ਤੇ ਪਤਰਾਂ ਦੇ ਹਾਂ। ਇਹ ਪੋਸੀਬਿਲਿਟੀ ਹੈ ਵੀ ਇਹਨਾਂ ਨੇ ਹੋਰ ਵੀ ਬਹੁਤ ਲੋਕਾਂ ਨਾਲ ਅਜਿਹਾ ਕੀਤਾ, ਪ੍ਰੰਤੂ ਬਦਨਾਮੀ ਦੇ ਡਰ ਤੋਂ ਸਾਹਮਣੇ ਨਹੀਂ ਆਉਂਦੇ ਤੇ ਇਸ ਕਰਕੇ ਇਹ ਕ੍ਰਾਈਮ ਛੁਪੇ ਰਹਿ ਜਾਂਦਾ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।